ਮੋਡਰਨ ਰੈਜ਼ੀਲੀਅੰਟ ਦੇ ਵਿੱਚ ਕਿਵੇਂ ਟੈਕਲ ਕਰ ਰਹੇ ਹੋ, ਕਿਵੇਂ ਟੈਕਲ ਕਰ ਰਹੀ ਹੈ ਤੁਹਾਡੀ ਫੋਰਸ? ਸਾਡੇ ਮਾਨਯੋਗ ਡੀ ਜੀ ਪੀ ਸ਼੍ਰੀ ਗੌਰਵ ਯਾਦਵ ਸਾਹਿਬ ਦੇ ਦਿਸ਼ਾ ਨਿਰਦੇਸ਼ 'ਤੇ ਅਸੀਂ ਡਰੋਨ ਐਮਰਜੈਂਸੀ ਰਿਸਪੋਂਸ ਸਿਸਟਮ ਸ਼ੁਰੂ ਕੀਤਾ, ਜਿਹੜਾ ਅਸੀਂ ਇੱਥੇ ਬਾਰਡਰ ਦੇ ਇਲਾਕੇ ਦੇ ਜਿਹੜੀਆਂ ਏਜੰਸੀਸ ਸਾਡੀਆਂ, ਪੰਜਾਬ ਪੁਲਿਸ, ਬੀ ਐੱਸ ਐੱਫ, ਸਿਸਟਰ ਏਜੰਸੀਸ, ਪਲੱਸ ਇੱਥੇ ਦੇ ਜਿਹੜੇ ਲੋਕ ਨੇ, ਇੱਥੇ ਦੇ ਰਹਿਣ ਵਾਲੇ ਪਿੰਡਾਂ ਦੇ, ਉਹਨਾਂ ਨੂੰ ਨਾਲ ਲੈ ਕੇ ਇੱਕ ਟੀਮ ਬਣਾ ਕੇ ਉਹਦੀ ਸ਼ੁਰੂਆਤ ਕੀਤੀ। ਸਾਡੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਸਾਹਿਬ ਵੱਲੋਂ ਉਚੇਚੇ ਤੌਰ 'ਤੇ ਪੁਲਿਸ ਨੂੰ ਬਹੁਤ ਸਟਰੈਂਥਨ ਕਰਿਆ ਜਾ ਰਿਹਾ। ਸਾਨੂੰ ਨਵੀਆਂ ਗੱਡੀਆਂ ਦਿੱਤੀਆਂ ਗਈਆਂ ਨੇ, ਹਰ ਬਾਰਡਰ ਇਲਾਕੇ ਨੂੰ ਸਭ ਤੋਂ ਪਹਿਲਾਂ ਦਿੱਤੀਆਂ ਗਈਆਂ, ਤਾਂ ਕਿ ਜਦੋਂ ਵੀ ਕਦੇ ਕੋਈ ਡਰੋਨ ਦੀ ਸਾਈਟਿੰਗ ਹੋਵੇ, ਡਰੋਨ ਦੀ ਕੋਈ ਇਨਫੋਰਮੇਸ਼ਨ ਆਵੇ, ਤਾਂ ਫੌਰੀ ਤੌਰ 'ਤੇ ਪੁਲਿਸ ਫੋਰਸ ਅਤੇ ਇੱਥੇ ਇਲਾਕੇ ਦੇ ਲੋਕ ਅਤੇ ਸਾਡੀਆਂ ਬਾਕੀ ਏਜੰਸੀ ਉਹਦੇ ਅਗੇਂਸਟ ਉਸੇ ਟਾਈਮ ਜਿਹੜਾ ਐਕਸ਼ਨ ਹੈ ਉਹ ਕਰ ਸਕਦੇ, ਔਰ ਉਸ ਐਕਸ਼ਨ ਨੂੰ ਫੇਜ਼ਿਸ ਦੇ ਵਿੱਚ ਕਿ ਕੋਈ ਐਕਸ਼ਨ ਫਸਟ ਰਿਸਪੋਂਸ ਜਿਹੜਾ ਹੈਗਾ ਉਹ ਵਿਦ ਇਨ ਨੋ ਟਾਈਮ, ਸੈਕਿੰਡ ਰਿਸਪੋਂਸ ਵਿਦ ਇਨ 5-10 ਮਿੰਟਸ, ਥਰਡ ਰਿਸਪੋਂਸ ਵਿਦ ਇਨ 15-20 ਮਿੰਟਸ ਉੱਥੇ ਹੋ ਜੇ, ਅਤੇ ਜਿਹੜੇ ਵੀ ਵਿਅਕਤੀ ਇਹਦੇ ਵਿੱਚ ਸ਼ਾਮਿਲ ਨੇ ਉਹਨਾਂ ਨੂੰ ਫੌਰੀ ਤੌਰ 'ਤੇ ਪਕੜ ਲਿਆ। ਕੁਝ ਇਨਾਮ ਦਾ ਵੀ ਗੱਲ ਰੱਖੀ ਫਸਟ ਇਨਫੋਰਮੇਸ਼ਨ ਕੋਈ ਜਿਹੜਾ ਹੈ ਗਿਆ ਤਾਂ ਪੁਲਿਸ ਵੱਲੋਂ ਉਸਨੂੰ ਇਨਾਮ ਦਿੱਤਾ ਜਾਵੇਗਾ, ਇਸ ਤੋਂ ਇਲਾਵਾ ਹੋਰ ਕਿਵੇਂ ਕੋਆਰਡੀਨੇਸ਼ਨ ਦੇ ਵਿੱਚ ਏਜੰਸੀਜ਼ ਕੰਮ ਕਰਦੀਆਂ? ਬਾਰਡਰ 'ਤੇ ਡਰੋਨ ਦੀ ਇਨਫੋਰਮੇਸ਼ਨ ਦੇਣ ਵਾਲੇ ਦੀ ਇਨਫੋਰਮੇਸ਼ਨ 'ਤੇ ਜੇ ਕੋਈ ਵੀ ਡਰੋਨ 'ਤੇ ਨਸ਼ੇ ਅਤੇ ਆਰਮਸ ਦੀ ਰਿਕਵਰੀ ਹੁੰਦੀ ਹੈ ਤਾਂ ਸਾਡੇ ਮਾਨਯੋਗ ਡੀ ਜੀ ਪੀ ਸਾਹਿਬ ਸ਼੍ਰੀ ਗੌਰਵ ਯਾਦਵ ਸਾਹਿਬ ਵੱਲੋਂ 1,00,000 ਰੁਪਏ ਦਾ ਇਨਾਮ ਉਹਦੇ ਲਈ ਘੋਸ਼ਿਤ ਕੀਤਾ ਗਿਆ। ਸਰ ਬਾਰਡਰ ਅਤੇ ਇੱਥੇ ਬਾਕੀ ਜਿੰਨੀਆਂ ਸਾਡੀਆਂ ਸਿਕਿਉਰਿਟੀ ਏਜੰਸੀਜ਼ ਨੇ ਜਿਹਨੂੰ ਫਸਟ ਰਿਸਪੋਂਡਰ ਦੇ ਤੌਰ 'ਤੇ ਸਾਡੀ ਬੜੀ ਜਾਵਾਜ ਫੋਰਸ ਹੈ ਬੀ ਐੱਸ ਐੱਫ ਉਹ ਲੱਗੀ ਹੋਈ ਹੈ, ਅਤੇ ਸੈਕਿੰਡ ਡਿਫੈਂਸ ਲਾਈਨ 'ਤੇ ਬਾਕੀ ਸਾਰੀ ਏਜੰਸੀ, ਸੈਂਟਰਲ ਏਜੰਸੀ, ਪੰਜਾਬ ਪੁਲਿਸ, ਸਾਰੇ ਆਪੋ ਆਪਣਾ ਰੋਲ ਅਦਾ ਕਰਦੇ। ਸਰ ਬੀ ਐੱਸ ਐੱਫ ਵੱਲੋਂ ਇੱਕ ਓਬਜੈਕਸ਼ਨ ਲਗਾਇਆ ਗਿਆ ਸੀਗਾ ਕਿ ਜੋ ਹਿਡਨ ਸਪੇਸ ਜ਼ਿਆਦਾ ਵਧੀਆ ਮਾਈਨਿੰਗ ਕਰਕੇ, ਸਰ ਉਹ ਹਾਲੇ ਵੀ ਲਗਾਤਾਰ ਮਤਲਬ ਜੋ ਆਪਸ਼ਨ ਹੋਈ ਹੈ ਉਹਦੇ ਬਾਅਦ 'ਚ ਵੀ ਮਾਈਨਿੰਗ ਹੋਣ ਦੇ ਪੂਰੇ ਚਾਂਸਿਸ ਲੱਗ ਰਹੇ ਆ, ਉਹਦੇ ਬਾਰੇ ਕੀ ਕਹਾਂਗੇ? ਉਹਦੇ ਲਈ ਹਿਡਨ ਸਪੇਸ ਜਿਹੜੀਆਂ ਸਿਕਿਉਰਿਟੀ ਲਈ ਡਿਸਕਾਊਂਟ ਨੇ? ਤੁਸੀਂ ਚਾਂਸਿਸ ਦੀ ਗੱਲ ਕੀਤੀ ਹੈ ਕਿ ਤੁਹਾਨੂੰ ਚਾਂਸਿਸ ਲੱਗ ਰਹੇ ਨੇ, ਸਾਡੀ ਪੁਲਿਸ ਫੋਰਸ ਪੂਰੀ ਤਰ੍ਹਾਂ ਤੈਨਾਤ ਹੈ, ਪੂਰੀ ਤਰ੍ਹਾਂ ਸਜਗ ਹੈ, ਕੋਈ ਕਿਸੇ ਤਰੀਕੇ ਦੀ ਵੀ ਮਾਈਨਿੰਗ ਨਹੀਂ ਦਿੱਤੀ ਜਾਊਗੀ।